ਅਸੀਂ ਰੋਟੀ ਲਈ ਜਾਂ ਪੈਸੇ ਲਈ, ਅਸੀਂ ਰੋਟੀ ਲਈ ਜਾਂ ਪੈਸੇ ਲਈ ਜਾਂ ਵੈਸੇ ਹੀ ਲੱਭਦੇ ਚੰਗੇ ਦਿਨ, ਜੇ ਆ ਕੇ ਇੱਥੇ ਵਸ ਗਏ ਹਾਂ ਤਾਂ ਐਡੀ ਕਿਹੜੀ ਖਰਾਬੀ ਹੈ। ਸਾਡੇ ਪੰਜ ਪਾਣੀ ਨੇ ਦੂਰ ਬੜੇ ਪਰ ਦਿਲ ਤਾਂ ਯਾਰ ਪੰਜਾਬੀ ਹੈ। ਅਤੇ ਵੈਸੇ ਵੀ ਦੋਸਤੋ, ਵਾਰਸ ਬੁੱਲੇ ਹਾਸ਼ਮ ਵਰਗੇ ਸ਼ਾਹਾਂ ਦਾ ਪੰਜਾਬ, ਬਾਬੇ ਨਾਨਕ ਦਾ ਦੇਸ਼, ਸਾਡੇ ਸਾਹਾਂ ਦਾ ਪੰਜਾਬ, ਇਹ ਜ਼ਰੂਰੀ ਨਹੀਂ ਕਿ ਵਾਗੇ ਦੇ ਆਰ ਪਾਰ ਹੀ ਵੱਸਦਾ ਹੋਵੇ। ਪੰਜਾਬ ਤਾਂ ਹਰ ਜਗ੍ਹਾ, ਲੰਡਨ, ਲਾਹੌਰ, ਲੁਧਿਆਣੇ, ਕਿਤੇ ਵੀ ਹੋ ਸਕਦਾ। ਜਿੱਥੇ ਪੰਜਾਬੀ ਨੇ ਉੱਥੇ ਹੀ ਪੰਜਾਬ ਹੈ, ਅਤੇ ਅੱਜ ਇੱਥੇ ਹੀ ਪੰਜਾਬ ਹੈ। ਅਤੇ ਉਸ ਪੰਜਾਬ ਨੂੰ ਪਛਾਣਿਆ ਕਿੱਦਾਂ ਜਾਂਦਾ? ਪੰਜਾਬੀ ਵਿਰਸਾ ਢੰਗ ਪੰਜਾਬੀ, ਪੰਜਾਬੀ ਵਿਰਸਾ ਢੰਗ ਪੰਜਾਬੀ, ਪੱਗ ਚੁੰਨੀ ਦਾ ਰੰਗ ਪੰਜਾਬੀ, ਟੌਰ ਸ਼ਕੀਨੀ ਸੰਗ ਪੰਜਾਬੀ, ਕੜਾ ਪੰਜਾਬੀ ਵੰਗ ਪੰਜਾਬੀ। ਪੰਜਾਬ ਤੁਹਾਡੇ ਦਿਲਾਂ 'ਚ ਵੱਸਦਾ ਦੋਸਤੋ, ਅਤੇ ਇਸ ਦਿਲਾਂ 'ਚ ਵੱਸਦੇ ਪੰਜਾਬ ਨੂੰ ਸਾਂਭ ਕੇ ਰੱਖਿਓ, ਨਹੀਂ ਤਾਂ ਵਿਹੜੇ ਵਿੱਚ ਉੱਗੇ ਅੰਬ ਦਾ ਬੂਟਾ ਖੜਾ ਖੜਾ ਸੁੱਕ ਜਾਊਗਾ। ਜੇ ਦਿਲ ਪੰਜਾਬੀ ਨਾ ਰਹੇ, ਪੰਜਾਬ ਵੀ ਫਿਰ ਮੁੱਕ ਜਾਊਗਾ, ਪੰਜਾਬ ਵੀ ਫਿਰ ਮੁੱਕ ਜਾਊਗਾ। ਅਤੇ ਆਓ ਰਲ ਮਿਲ ਕੇ ਹੰਬਲਾ ਮਾਰੀਏ, ਫਿਰ ਪੰਜਾਬੀ ਬਣ ਜਾਈਏ ਕੁਝ, ਜੋ ਰਾਖਾ ਸਾਡੀਆਂ ਅਣਖਾਂ ਦਾ, ਪੰਜਾਬ ਦਾ ਨਾਂ ਚਮਕਾਈਏ ਕੁਝ, ਕਰੀਏ ਮਾਣ ਪੰਜਾਬੀ 'ਤੇ, ਅਤੇ ਕਹੀਏ ਅਸੀਂ ਪੰਜਾਬੀ ਹਾਂ, ਛੱਡ ਦੇਈਏ ਲਟਰਮ ਬਟਰਮ ਨੂੰ, ਪੰਜਾਬੀ ਗਾਣੇ ਗਾਈਏ ਕੁਝ। ਅਤੇ ਲਓ ਤੁਹਾਡੀਆਂ ਰਗਾਂ 'ਚ ਵਗਦੇ ਪੰਜਾਬੀ ਖੂਨ ਨੂੰ ਥੋੜ੍ਹਾ ਹੋਰ ਤੇਜ਼ ਭਜਾਉਣ ਲਈ, ਤੁਹਾਡੇ ਪੰਜਾਬੀ ਜਜ਼ਬਾਤਾਂ ਨੂੰ ਅੱਗ ਦੇ ਸ਼ੋਲੇ ਬਣਾਉਣ ਲਈ, ਸੁੱਤੀਆਂ ਯਾਦਾਂ ਨੂੰ ਜਗਾਉਣ ਲਈ, ਪੰਜਾਬੀ ਗਾਇਕੀ ਦੇ ਠੰਡੇ ਬੁੱਲੇ 'ਤੇ ਤਿੱਖਾ ਮੀਂਹ ਵਰਸਾਉਣ ਲਈ ਆ ਰਿਹਾ ਮਨਮੋਹਣ ਵਾਰਸ। ਸੱਜਣ ਦਾ ਤੋੜੇ ਨਾ ਵੇ
ਵਿਸ਼ਵਾਸ ਨਫ਼ਰਤ ਭੁੱਲ ਜਾਏ ਸਾਰਿਆਂ ਨੂੰ ਹੀ ਪਿਆਰ ਦੀ ਰਹੇ ਤਲਾਸ਼ ਦਾਤਿਆ ਢੱਕਣੇ ਲਈ ਸਾਰਿਆਂ ਨੂੰ ਹੀ ਮਿਲ ਜਾਏ ਕੋਈ ਨਿਵਾਸ ਕਦੀ ਕਿਸੇ ਦੀ ਜਾਨ ਲਵੇ ਨਾ ਚੰਦਰੀ ਭੁੱਖ ਪਿਆਸ ਇੱਜ਼ਤ ਅਣਖ ਤੇ ਤੰਦਰੁਸਤੀ ਵੀ ਹੋਵੇ ਸਭ ਦੇ ਪਾਸ ਮਿਹਨਤ ਦਾ ਮੁੱਲ ਮਿਹਨਤ ਦਾ ਮੁੱਲ ਮਿਲ ਜਾਏ ਸਭ ਨੂੰ ਕਦੀ ਨਾ ਟੁੱਟੇ ਆਸ ਦਾਤਿਆ ਆਪਣੇ ਪਿਆਰੇ ਵਤਨ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਗੁੱਗ ਵੱਸਦੇ ਮੇਰੇ ਪੰਜਾਬੀਓ, ਦੂਸਰੀਆਂ ਕੌਮਾਂ ਨੂੰ ਪੰਜਾਬੀ ਕੌਮ ਦੀ ਅਣਖ ਦਾ ਅਹਿਸਾਸ ਕਰਾਉਣ ਵਾਲੇ ਸ਼ਹੀਦ ਊਧਮ ਸਿੰਘ ਦੇ ਵਾਰਸੋ ਜੀ ਆਇਆਂ ਨੂੰ ਧੰਨਵਾਦ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ। ਮੈਂ ਜਦੋਂ ਵੀ ਇੰਗਲੈਂਡ ਦੀ ਧਰਤੀ 'ਤੇ ਪੈਰ ਰੱਖਦਾ ਜਾਂ ਅੱਜ ਸ਼ੋਅ ਸ਼ੁਰੂ ਕਰ ਰਿਹਾ, ਸਭ ਤੋਂ ਪਹਿਲਾਂ ਪ੍ਰਣਾਮ, ਸਭ ਤੋਂ ਪਹਿਲਾਂ ਸਜਦਾ ਉਸ ਮਹਾਨ ਸ਼ਹੀਦ, ਮਹਾਨ ਪੰਜਾਬੀ ਜਿਹਨੇ ਧਰਮ ਦੇ ਵਖਰੇਵਿਆਂ ਤੋਂ ਉੱਥੇ ਉੱਠ ਕੇ ਇੱਕ ਸੱਚਾ ਪੰਜਾਬੀ ਹੋਣ ਦਾ ਸਬੂਤ ਦਿੱਤਾ ਅਤੇ ਸਾਨੂੰ ਇਸ ਯੋਗੇ ਕੀਤਾ ਅੱਜ ਅਸੀਂ ਇਸ ਮੁਲਕ ਵਿੱਚ ਵੀ ਸਿਰ ਉੱਚਾ ਕਰਕੇ ਤੁਰ ਗਏ। ਜ਼ੋਰਦਾਰ ਤਾੜੀ ਸ਼ਹੀਦ ਊਧਮ ਸਿੰਘ। ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤਸਰ ਚੇਤੇ ਆ ਜਾਵੇ, ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤਸਰ ਚੇਤੇ ਆ ਜਾਵੇ, ਚੀਕਾਂ ਤੇ ਗੋਲੀਆਂ ਸੁਣਦੀਆਂ ਨੇ ਨਾਲੇ ਖੂਨ ਅੱਖਾਂ ਵਿੱਚ ਛਾ ਜਾਵੇ। ਊਧਮ ਸਿੰਘ ਆ ਕੇ ਡੈਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ ਓਏ ਹਿੱਕ ਤਾਣ ਕੇ ਆਪਾਂ ਤੁਰਦੇ ਨਾ ਓਏ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ। ਓ ਯਾਦ ਆ ਗਈ ਊਧਮ ਸਿੰਘ ਸ਼ੇਰ ਦੀ, ਯਾਦ ਆ ਗਈ ਊਧਮ ਸਿੰਘ ਸ਼ੇਰ ਦੀ, ਯਾਦ ਆ ਗਈ ਊਧਮ ਸਿੰਘ ਸ਼ੇਰ ਦੀ, ਯਾਦ ਆ ਗਈ ਊਧਮ ਨਾਲੇ।
ਦੋਸਤੋ ਕਿੰਨੀ ਪਿਆਰੀ ਗੱਲ ਆਈ ਹੈ ਵੀ ਬੱਚਿਆਂ ਨੂੰ ਦੱਸਿਆ ਕਰੋ ਇਹ ਕਹਾਣੀਆਂ। ਅਸੀਂ ਜਿਹੜੇ ਪੰਜਾਬ ਤੋਂ ਜੰਮ ਪਲ ਕੇ ਇੱਧਰ ਆਏ ਹਾਂ, ਵੱਡੇ ਹੋ ਕੇ ਆਏ ਹਾਂ, ਸਾਡਾ ਦਿਲ ਤੇ ਪਿੰਡ ਦੇ ਹਲਟ ਦੀ ਟਿਕ 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 ਉਹਦੇ ਨਾਲ ਜੁੜਿਆ ਧੜਕੜਿਆ। ਪਰ ਜਿਹੜੇ ਸਾਡੇ ਇੱਥੋਂ ਦੇ ਬੱਚੇ ਨੇ, ਇੱਥੇ ਜੰਮ ਪਲ ਨੇ, ਉਹ ਪੰਜਾਬੀ ਕਲਚਰ ਤੋਂ ਦੂਰ, ਪੰਜਾਬੀ ਜ਼ੁਬਾਨ ਤੋਂ ਦੂਰ ਹੋ ਹੀ ਜਾ ਰਿਹਾ। ਕਸੂਰ ਕਿਹਦਾ? ਸਾਡਾ ਕਸੂਰ ਹੈ, ਮਾਂ ਬਾਪ ਦਾ ਕਸੂਰ ਹੈ, ਪਰਿਵਾਰ ਦਾ ਕਸੂਰ ਹੈ। ਅਸੀਂ ਟਾਈਮ ਨਹੀਂ ਦਿੰਦੇ ਉਹਨਾਂ ਨੂੰ। ਜੋ ਗੱਲ ਕੋਈ ਪੁੱਛਣੀ ਵੀ ਚਾਹੁੰਦੇ ਆ, ਸਾਡੇ ਕੋਲ ਪਹਿਲੀ ਗੱਲ 'ਤੇ ਜਵਾਬ ਹੀ ਨਹੀਂ ਹੁੰਦਾ, ਸਵਾਲ ਹੀ ਇਹੋ ਜਿਹਾ ਬੱਚੇ ਕਰਦੇ। ਜੇ ਹੋਵੇ ਵੀ, ਮੈਂ ਇੱਕ ਵਾਕਿਆ ਤੁਹਾਡੇ ਨਾਲ ਸਾਂਝਾ ਕਰਦਾ। ਇੱਕ ਮੁੰਡਾ ਘਰ ਆਇਆ, ਡੈਡ ਬੈਠਾ ਬੈਗ ਲਾ ਰਿਹਾ, ਆਉਂਦਾ ਕਹਿੰਦਾ ਡੈਡ ਅਣਖ ਕੀ ਹੁੰਦੀ ਹੈ? ਉਹ ਕਹਿੰਦਾ ਜਾਓ ਬੇਅਣਖਿਆ, ਆ ਗਿਆ ਅੱਧੀ ਰਾਤ ਨੂੰ, ਮੈਂ ਟੁੱਟ ਟੁੱਟ ਕੇ ਮਰੀ ਜਾਂਦਾ, ਕਮਾਈ ਜਾਂਦਾ, ਸਾਰਾ ਟੱਬਰ ਵਿਹਲਾ ਬੈਠਾ ਖਾਈ ਜਾਂਦਾ, ਚੱਲਦਾ ਉੱਠ ਜਾਓ ਆਪਣੇ ਰੂਮ 'ਚ, ਦੱਸੋ ਜਵਾਬ ਦੇਖੋ। ਉਹ ਫਿਰ ਪੁੱਛਦਾ ਕਹਿੰਦਾ ਡੈਡ ਮੈਂ ਗਾਣਾ ਸੁਣਿਆ ਅੱਜ ਪੰਜਾਬੀ ਜਿਉਂਦੇ ਅਣਖ ਦੇ ਨਾਲ, ਕੀ ਇਹਦਾ ਮਤਲਬ ਹੁੰਦਾ? ਡੈਡ ਨੇ ਜਦ ਤੱਕ ਪੈਗ ਪਾ ਲਿਆ, ਕਹਿੰਦਾ ਇਹਦਾ ਮਤਲਬ ਹੈ ਪੰਜਾਬੀ ਟੌਰ ਨਾਲ ਜੀਂਦੇ ਆ, ਟੌਰ। ਹੁਣ ਮੁੰਡਾ ਸਾਰੀ ਰਾਤ ਸੋਚੀ ਗਿਆ, ਕਹਿੰਦਾ ਇਸ ਕੰਜੂਸ ਬੇ ਦੇ ਘਰ ਰਹਿ ਕੇ ਤੇ ਅਣਖ ਨਾਲ ਨਹੀਂ ਜੀਆ ਜਾ ਸਕਦਾ, ਦਸਾਂ ਪੌਂਡਾਂ ਦੀ ਤਾਂ ਪੈਂਟ ਲੈ ਕੇ ਦਿੰਦਾ ਇਹ, ਕਦੇ ਗੈਸ ਤਾਂ ਗੈਪ ਦੇ ਸਟੋਰ 'ਚ ਤਾਂ ਬੜਿਆ ਨਹੀਂ, ਬਰਸਾਚੀ ਦੀ ਪੈਂਟ ਮੈਨੂੰ ਕਿੱਥੋਂ ਲੈ ਦੂਗਾ। ਦੂਜੇ ਦਿਨ ਆਪਣੇ ਫਰੈਂਡ ਨੂੰ ਕਹਿੰਦਾ, ਕਹਿੰਦਾ ਜੇ ਆਪਾਂ ਅਣਖ ਨਾਲ ਜਿਉਣਾ ਹੈ ਨਾ, ਤਾਂ ਜਾਂ ਤਾਂ ਸਾਨੂੰ ਚੋਰੀ ਕਰਨੀ ਪੈਣੀ ਹੈ, ਜਾਂ ਡਾਕਾ ਮਾਰਨਾ ਪੈਣਾ, ਜਾਂ ਡਰੱਗ ਵੇਚਣੀ ਪੈਣੀ ਹੈ, ਕੰਮ ਕੋਈ ਇੱਦਾਂ ਦਾ ਕਰਨਾ ਹੀ ਪੈਣਾ ਆਪਾਂ। ਉਹ ਕਹਿੰਦਾ ਅਣਖ ਨਾਲ ਜੀਣਾ, ਚੋਰੀ, ਠੱਗੀ, ਅਣਖ ਤਾਂ ਇਹਦਾ ਕੀ ਸੰਬੰਧ ਹੈ? ਉਹ ਕਹਿੰਦਾ ਮੇਰਾ ਡੈਡ ਕਹਿੰਦਾ ਸੀ ਅਣਖ ਟੌਰ ਹੁੰਦੀ ਆ, ਜੇ ਟੌਰ ਨਾਲ ਜੀਣਾ ਤਾਂ ਕਰਨਾ ਹੀ ਪੈਣਾ ਕੁਛ। ਉਹਦਾ ਫਰੈਂਡ ਕਹਿੰਦਾ ਸਦਾਈਆ ਡੈਡ ਤੈਨੂੰ ਅੱਧੀ ਗੱਲ ਦੱਸ ਗਿਆ, ਅਣਖ ਸੱਚੀ ਟੌਰ ਹੀ ਹੁੰਦੀ ਹੈ, ਪਰ ਉਹ ਬਾਹਰਲੀ ਟੌਰ ਨਹੀਂ ਹੁੰਦੀ, ਕੱਪੜਿਆਂ ਦੀ ਟੌਰ ਨਹੀਂ ਹੁੰਦੀ, ਅਣਖ ਤੁਹਾਡੀ ਅੰਦਰਲੀ ਟੌਰ ਹੁੰਦੀ ਹੈ, ਤੁਹਾਡੀ ਰੂਹ ਦੀ ਟੌਰ, ਤੁਹਾਡੀ ਸੋਚ ਦੀ ਟੌਰ, ਤੁਹਾਡੇ ਵਿਚਾਰਾਂ ਦੀ ਟੌਰ। ਦੋਸਤੋ ਮੈਂ 50 ਚੀਜ਼ਾਂ ਸਿਰਫ, ਥੋੜ੍ਹੀਆਂ ਜਿਹੀਆਂ, ਸਿਰਫ 50 ਆਈਟਮਸ, ਸਿਰਫ 50, 3 ਮਿੰਟਾਂ 'ਚ ਸੁਣਾ ਦੇਣੀਆਂ ਮੈਂ, ਅਤੇ ਉਹਨਾਂ ਨੂੰ ਸਮਝਾਉਣ ਨੂੰ ਚਾਹੇ 10 ਮਿੰਟ ਲੱਗਣ ਤੁਹਾਨੂੰ, ਚਾਹੇ ਅੱਧਾ ਘੰਟਾ ਲੱਗੇ, ਚਾਹੇ 15 ਦਿਨ ਲੱਗਣ, ਚਾਹੇ ਸਾਰੀ ਉਮਰ ਲੱਗ ਜਾਵੇ, ਉਹ ਬੰਦੇ ਸਿਰਫ, ਉਹ ਮੇਰੀਆਂ ਭੈਣਾਂ ਤਾੜੀ ਮਾਰਿਓ, ਜਿਹੜੇ ਵਾਅਦਾ ਕਰਨਗੇ ਕਿ ਅਸੀਂ ਸਮਝਾਵਾਂਗੇ ਬੱਚਿਆਂ ਨੂੰ। ਦੱਸੋ ਕੌਣ ਕੌਣ ਸਮਝਾਊਗਾ? ਉਹ ਬੰਦੇ ਤੁਹਾਡੇ, ਇਹੀ ਆਸ ਸੀ ਮੈਨੂੰ। ਸਾਰੇ ਪੰਜਾਬੀ ਦੱਸੋ, ਪਿਆਰੇ ਪੰਜਾਬੀ ਦੱਸੋ, ਕੀ ਦੱਸਣਾ ਤੁਸੀਂ? ਓਏ ਵੈਰ ਕੀਤੇ ਪਿਆਰ ਦੀ ਕਿਤਾਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਓ ਪੰਜਾਬ 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 ਕਿਹਨੂੰ ਕਹਿੰਦੇ ਨੇ। ਇਹ ਵੀ ਦੱਸੋ ਖਾਲਸਾ ਸਜਾਇਆ ਕਿਵੇਂ ਗੁਰਾਂ ਨੇ, ਇਹ ਵੀ ਦੱਸੋ ਖਾਲਸਾ ਸਜਾਇਆ ਕਿਵੇਂ ਗੁਰਾਂ ਨੇ, ਉਹ ਕਿੱਤੜਾ ਨੂੰ ਸ਼ੇਰ ਬਣਾਇਆ ਕਿਵੇਂ ਗੁਰਾਂ ਨੇ, ਸਾਹਿਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਓ ਪੰਜਾਬ
ਆਸ਼ਕਾਂ ਦੀ ਗੱਲ ਨਾ ਕਰੀਏ, ਅੱਧੇ ਪੰਜਾਬੀ ਰਹਿ ਜਾਂਦੇ ਹਾਂ। ਉਹ ਦੱਸਿਓ ਨਾ ਭੁੱਲਣੀ ਕਹਾਣੀ ਟੁੱਟੇ ਤੀਰਾਂ ਦੀ, ਪੀੜ ਦੱਸ ਦਿਓ ਰਾਜੇ ਵਰਗੇ ਫਕੀਰਾਂ ਦੀ, ਆਪਣੇ ਹੀ ਪੱਟ ਦਾ ਕਬਾਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ, ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ। ਪਿਆਰ ਦੇ ਵਿੱਚ ਜਿਹੜਾ ਨਸ਼ਾ ਹੁੰਦਾ ਨਾ, ਜਿਹੜਾ ਪਿਆਰ ਹੈ ਉਹਦੇ ਨਸ਼ੇ ਦੀ ਜਿਹੜੀ ਮਸਤੀ ਹੈ, ਜਿਹੜਾ ਸਰੂਰ ਹੈ, ਉਹ ਦੁਨੀਆ ਦੀ ਕਿਸੇ ਸ਼ਰਾਬ 'ਚ ਨਹੀਂ ਮਿਲਦਾ, ਕਿਸੇ ਹੋਰ ਨਸ਼ੇ 'ਚ ਨਹੀਂ ਮਿਲਦਾ। ਇੱਕ ਵੱਖਰਾ ਹੀ ਰੰਗ ਹੈ ਉਹ, ਕਿਤੇ ਯਾਰ ਦੀਆਂ ਅੱਖਾਂ 'ਚੋਂ ਘੁੱਟ ਭਰ ਕੇ ਵੇਖਿਓ। ਇੱਕ ਵਾਰੀ ਮੈਂ ਆਪਣੇ ਗੁਰੂ ਜੀ ਨੂੰ ਪੁੱਛਿਆ, ਸਾਡੇ ਗੁਰੂ ਜੀ ਡਰਿੰਕ ਦੇ ਬਹੁਤ ਸ਼ੌਕੀਨ ਸੀ, ਜਿਹਨਾਂ ਕੋਲੋਂ ਅਸੀਂ ਤਿੰਨਾਂ ਭਰਾਵਾਂ ਨੇ ਸੰਗੀਤ ਸਿੱਖਿਆ, ਉਸਤਾਦ ਜਸਵੰਤ ਭੰਬਰਾ ਜੀ। ਮੈਨੂੰ ਕਹਿੰਦੇ ਜਾ ਵੀ ਮਨਮੋਹਣ ਕੋਈ ਡਰਿੰਕ ਫੜ ਕੇ ਲਿਆ, ਮੈਨੂੰ ਕੋਈ ਪਤਾ ਨਹੀਂ ਨਾ ਕਦੇ ਪੀਤੀ ਨਾ ਪਿਲਾਈ। ਮੈਂ ਗੁਰੂ ਜੀ ਕਿਹੜੀ ਲੈ ਕੇ ਆਵਾਂ, ਕਹਿੰਦੇ ਕੋਈ ਲੈ ਆ ਸਹੀ ਘੁਮਾਉਣਾ। ਪਰ
ਜਿਹੜਾ ਪਿਆਰ ਦੇ ਨਸ਼ੇ ਨਾਲ ਅੱਖਾਂ 'ਚੋਂ ਪੀਤੇ ਨਸ਼ੇ ਨਾਲ ਸਿਰ ਘੁੰਮਦਾ ਨਾ, ਉਹ ਨਹੀਂ ਹੋਰ ਕਿਤੇ ਵੀ ਮਿਲਦਾ। ਉਹ ਨਸ਼ਾ ਕਰਦਿਆਂ ਲੋਕ ਤੇ ਕਈ ਵੇਖੇ, ਨਸ਼ਾ ਕਰਦਿਆਂ ਲੋਕ ਤੇ ਕਈ ਵੇਖੇ, ਅਸੀਂ ਕੀਤਾ ਵੀ ਇਹ ਪਰ ਅੱਖ ਵਾਲਾ ਸਾਡਾ ਯਾਰ ਬੋਤਲ ਉਹਦੀ ਰੂਹ ਦਾਰੂ, ਸਾਨੂੰ ਇੱਕ ਦਾ ਆਸਰਾ ਲੱਖ ਵਾਲਾ, ਕੀ ਰਿਸ਼ਤਾ ਜਿਸਮ ਤੇ ਰੂਹ ਵਾਲਾ, ਕੀ ਰਿਸ਼ਤਾ ਪਾਣੀ ਖੂਹ ਵਾਲਾ, ਕੀ ਰਿਸ਼ਤਾ ਚੰਨ ਸਿਤਾਰਿਆਂ ਦਾ, ਕੀ ਰਿਸ਼ਤਾ ਪੰਛੀ ਸਾਰਿਆਂ ਦਾ, ਕਿਉਂ ਕੋਈ ਦਿਲ ਵਿੱਚ ਵੱਸਦਾ ਏ ਸਭ ਨਸ਼ਾ ਇਸ਼ਕ ਦਾ ਦੱਸਦਾ ਏ। ਜਿਹਨੇ ਯਾਰ ਦੀਆਂ ਅੱਖਾਂ ਦੇ ਨਸ਼ੇ ਦਾ ਨਜ਼ਾਰਾ ਨਹੀਂ ਨਾ ਵੇਖਿਆ, ਉਹਨੂੰ ਤੇ ਵੀ ਨਹੀਂ ਪਤਾ ਲੱਗਦਾ ਬਈ ਪਤਾ ਨਾ ਲੱਗਦਾ ਕਿੰਜ ਫੜੀਏ ਕੋਈ ਖਿੜਿਆ ਫੁੱਲ ਯਾਰੋ, ਪਤਾ ਨਾ ਲੱਗਦਾ ਕਿੰਜ ਪਾਈਏ ਨੈਣਾ ਦਾ ਮੁੱਲ ਯਾਰੋ, ਜਿੰਨਾ ਚਿਰ ਕੋਈ ਘੜੀ ਸੁਹਾਣੀ ਯਾਰ ਨਾ ਬੀਤੀ ਨਾ, ਕੀ ਦੁਨੀਆ ਤੇ ਆਇਆ, ਕੀ ਦੁਨੀਆ ਤੇ ਆਇਆ ਜਿਸਨੇ ਅੱਖ ਚੋਂ ਪੀਤੀ ਨਾ, ਕੀ ਦੁਨੀਆ ਤੇ ਆਇਆ, ਕੀ ਦੁਨੀਆ ਤੇ ਆਇਆ ਜਿਸਨੇ ਅੱਖ ਚੋਂ ਪੀਤੀ ਨਾ, ਕੀ ਦੁਨੀਆ ਤੇ ਆਇਆ।
ਦੋਸਤੋ, ਜਿਹੜਾ ਵਿਛੋੜਾ ਹੈ ਨਾ ਅਤੇ ਜਿਹੜੀ ਬੇਵਫਾਈ ਹੈ, ਇਹ ਦੋਨੋਂ ਦੁੱਖ ਦੇਣ ਵਾਲੀਆਂ ਚੀਜ਼ਾਂ ਹੈ ਵੈਸੇ, ਪਰ ਮੇਰੇ ਖਿਆਲ ਮੁਤਾਬਕ ਜਿਹੜਾ ਵਿਛੋੜਾ ਨਾ, ਉਹਦੇ ਵਿੱਚ ਥੋੜ੍ਹਾ ਜਿਹਾ ਮਜ਼ਾ ਛੁਪਿਆ ਹੁੰਦਾ ਕਿਤੇ ਨਾ ਕਿਤੇ, ਉਡੀਕ ਦੇ ਪੂਰੇ ਹੋਣ ਦਾ। ਉਹਦਾ ਐਂਡ ਵਧੀਆ ਹੁੰਦਾ ਨਾ ਵਿਛੋੜੇ ਦਾ, ਕਦੀ ਦਾ ਕਦੀ ਤਾਂ ਮਿਲਣਾ ਹੀ, ਸੋ ਥੋੜ੍ਹਾ ਥੋੜ੍ਹਾ ਮਜ਼ਾ ਹੁੰਦਾ ਉਹਦੇ ਵਿੱਚ। ਜਾਂ ਇੱਦਾਂ ਕਹਿ ਲਓ ਜਿਵੇਂ ਆਪਾਂ ਪੋਹ ਦੇ ਮਹੀਨੇ ਚੁੱਲ੍ਹੇ 'ਤੇ ਅੱਗ ਸੇਕਦੇ ਹੋਈਏ, ਕਿਤੇ ਦੋ ਚਾਰ ਗੁੱਲ ਵੱਧ ਪੈ ਜਾਣ, ਜਿਹੜੀ ਅੱਗ ਹੈ ਤੁਹਾਨੂੰ ਨਿੱਘ ਦੇਣ ਦੀ ਬਜਾਏ ਜਾਲਣ ਲੱਗ ਪਵੇ ਨਾ, ਵਿਛੋੜੇ ਦਾ ਸੇਕ ਇਹੋ ਜਿਹਾ ਹੁੰਦਾ। ਪਰ ਜਿਹੜੀ ਬੇਵਫਾਈ ਆ, ਉਹ ਸਾੜ ਕੇ ਰਾਖ ਕਰ ਦਿੰਦੀ ਹੈ ਤੁਹਾਨੂੰ ਭਾਂਬੜ ਬਣ ਕੇ। ਇੱਕ ਇਹੋ ਜਿਹੀ ਮੁਟਿਆਰ ਜਿਹਨੂੰ ਆਪਣੇ ਸੱਜਣ ਦੇ ਵਿਛੋੜੇ ਦੇ ਨਾਲ ਨਾਲ ਉਹਦੀ ਵਫਾ 'ਤੇ ਵੀ ਸ਼ੱਕ ਹੋ ਗਿਆ, ਆਪਣੇ ਦਿਲ ਦੇ ਗਿਲੇ ਸ਼ਿਕਵੇ ਉਲਾਂਭੇ ਆਪਣੇ ਬੇਵਫਾ ਸੱਜਣ ਨਾਲ ਕਿਵੇਂ ਸਾਂਝੇ ਕਰਦੀ ਹੈ, ਧਿਆਨ ਦੇਣਾ। ਪਿਆਰ ਉਹ ਜੋ ਰੂਹਾਂ ਦੇ ਤੱਕ ਗੁਜ਼ਰੇ, ਤੱਕ ਕੇ ਪਿਆਰ ਜਤਾਉਣਾ ਕੋਈ ਪਿਆਰ ਨਹੀਂ। ਦਿਲਾਂ ਵਿੱਚ ਜੇ ਫਾਸਲੇ ਰਹਿ ਜਾਵਣ, ਸੱਜਣ ਗਲ ਨਾਲ ਲਾਉਣਾ ਕੋਈ ਪਿਆਰ ਨਹੀਂ। ਹੋ ਜਿਉਂਦੇ ਯਾਰ ਤੇ ਦਿਲ ਨੂੰ ਦੁੱਖ ਦੇ ਕੇ, ਪਿੱਛੋਂ ਕਬਰ ਤੇ ਆਉਣਾ ਕੋਈ ਪਿਆਰ ਨਹੀਂ। ਤੇਰਾ ਪਿਆਰ ਕੜਕਦੀ ਧੁੱਪ ਸਮੇਂ ਦੇ ਨਾਲ ਹੀ ਢਲ ਗਿਆ ਵੇ, ਜਾਣੇ ਇਸ ਧੁੱਪੇ ਸਾਡਾ ਕੀ ਚੱਲ ਗਿਆ ਵੇ। ਲੋਕੀ ਤੇਰੇ ਬਾਰੇ ਪੁੱਛਦੇ, ਮੁੜ ਮੁੜ ਕੇ ਨਾ ਦੱਸਿਆ ਜਾਵੇ। ਪਤੋਂ ਪਤੀਆ ਜਾਵਣ ਹੰਝੂ, ਉਤਲੇ ਮਨੋ ਨਾ ਹੱਸਿਆ ਜਾਵੇ। ਅੱਖੀਆਂ ਦੀ ਲਾਲੀ ਤੱਕ ਸੱਜਣਾ,
ਅੱਖੀਆਂ ਦੀ ਲਾਲੀ ਤੱਕ ਸੱਜਣਾ ਵੇ ਕਈ ਰਾਤਾਂ ਹੋਈਆਂ ਸੌਂਦੇ ਨਾ ਅਸੀਂ ਸੋਣਾ ਵੀ ਕਿਸ ਕੱਲੋਂ ਏ ਜਦ ਸੁਪਨੇ ਦੇ ਵਿੱਚ ਆਉਂਦੇ ਨਾ ਅੱਖੀਆਂ ਵਿੱਚ ਲਾਲੀ ਏ ਅੱਖੀਆਂ ਵਿੱਚ ਲਾਲੀ ਏ ਕਿ ਸੁਣ ਮਿੱਤਰਾ ਗੱਲ ਪਰਦੇ ਵਾਲੀ ਏ ਗੱਲ ਪਰਦੇ ਵਾਲੀ ਆ ਚੱਕ ਲੈ ਕਾਨੀ ਨੂੰ ਆ ਚੱਕ ਲੈ ਕਾਨੀ ਨੂੰ ਆ ਚੱਕ ਲੈ ਕਾਨੀ ਨੂੰ ਆ ਚੱਕ ਲੈ ਹਰ ਮਨ ਕਾ ਹੁਣ ਰੁਲੀ ਜਵਾਨੀ ਨੂੰ ਹੁਣ ਰੁਲੀ ਜਵਾਨੀ ਨੂੰ ਭਾਰਾ ਲੱਗੇ ਹਰ ਮਨ ਕਾ ਹੁਣ ਰੁਲੀ ਜਵਾਨੀ ਨੂੰ ਹੁਣ ਰੁਲੀ ਜਵਾਨੀ ਅਜੇ ਮਹਿੰਦੀ ਵਿੱਚ ਕੁਝ ਹੌਸਲਾ ਏ ਜਿਹੜੀ ਦਿਲ ਤੇ ਰਾਜ਼ ਛੁਪਾ ਜਾਵੇ ਪਰ ਮੰਗਲਾ ਸੁਰਮਾ ਕਮਲਾ ਏ ਦਿਲ ਦੁਖੇ ਤਾਂ ਢੋਲ ਵਜਾ ਜਾਵੇ ਤੇ ਮਿਰਚਾਂ ਦੇ ਵਾਂਗ ਰੜ ਕੇ ਜਦ ਪਾਵਾ ਸੁਰਮੇ ਨੂੰ ਜਦ ਪਾਵਾ ਸੁਰਮੇ ਨੂੰ ਮਿਰਚਾਂ ਦੇ ਵਾਂਗ ਰੜ ਕੇ ਜਦ ਪਾਵਾ ਸੁਰਮੇ ਨੂੰ ਜਦ ਪਾਵਾ ਸੁਰਮੇ ਦੋਸਤੋ ਗੱਲ ਸਾਉਣ ਮਹੀਨੇ ਦੀ ਲੱਗਾਂ ਕਰਨ 15 ਜੁਲਾਈ ਤੋਂ 15 ਅਗਸਤ ਤੱਕ ਪੰਜਾਬ ਦੇ ਵਿੱਚ ਬਰਸਾਤ ਦਾ ਮੌਸਮ ਹੁੰਦਾ ਬੇਈਮਾਨ ਮੌਸਮ ਵੀ ਉਹਨੂੰ ਕਹਿੰਦੇ ਜਦੋਂ ਘਟਾਵਾਂ ਚੜੀਆਂ ਹੋਣ ਕਦੀ ਹਲਕੀ ਹਲਕੀ ਭੂਰ ਪੈਂਦੀ ਹੋਵੇ ਕਦੀ ਜ਼ੋਰ ਦਾ ਸ਼ਰਾਟਾ ਪੈਂਦਾ ਹੋਵੇ ਬਾਗਾਂ 'ਚ ਅੰਬ ਪੱਕੇ ਹੋਣ ਉੱਧਰ ਕੋਇਲ ਕੂਕਦੀ ਹੋਵੇ ਉੱਧਰ ਮੋਰ ਬੋਲਦਾ ਹੋਵੇ ਸ਼ਰਾਰਤ ਤੇ ਹੋਣੀ ਆ ਆਪੇ ਫਿਰ ਪਰ ਜਦੋਂ ਮੀਂਹ ਵਰਦਾ
ਹੋ ਸਕਦਾ ਉਹ ਕਣੀਆਂ ਕਈਆਂ ਦੇ ਦਿਲਾਂ ਨੂੰ ਠੰਡ ਪਾਉਂਦੀਆਂ ਹੋਣ, ਪਰ ਇੱਕ ਆਸ਼ਕ ਦੇ ਦਿਲ ਤੇ ਕੀ ਗੁਜ਼ਰਦੀ ਹੈ ਜਦੋਂ ਕਣੀਆਂ ਪੜਦੀਆਂ। ਚੰਗਿਆੜੀਆਂ ਵਰਗੀਆਂ ਕਣੀਆਂ ਨੇ, ਬਾਰੂਦ ਹੁਸਨ ਦੀ ਵੇਲ ਹੋਵੇ। ਚੰਗਿਆੜੀਆਂ ਵਰਗੀਆਂ ਕਣੀਆਂ ਨੇ, ਬਾਰੂਦ ਹੁਸਨ ਦੀ ਵੇਲ ਹੋਵੇ। ਫਿਰ ਬਚ ਕੇ ਰਹਿਣਾ ਚੰਗਾ ਏ, ਜਦ ਪੈਂਦਾ ਅੱਗ ਤੇ ਤੇਲ ਹੋਵੇ। ਪਰ ਮੈਨੂੰ ਬੜੀ ਇਸ ਗੱਲ ਦੀ ਹੈਰਾਨੀ ਹੈ, ਜੈਲਸ ਵੀ ਹੈ ਤੁਹਾਡੇ ਨਾਲ, ਕਿ ਇੰਗਲੈਂਡ ਵਾਲਿਓ ਤੁਹਾਡੇ 'ਤੇ ਰੋਜ਼ ਹੀ ਮੀਂਹ ਪਈ ਜਾਂਦਾ, 12 ਮਹੀਨੇ ਹੀ ਬਰਸਾਤ ਦਾ ਮੌਸਮ ਹੈ, ਰੱਬ ਖੈਰ ਕਰੇ। ਪਰ ਕੀ ਕਰੀਏ, ਰੱਬ ਵੀ ਤੁਹਾਡੇ 'ਤੇ ਮਿਹਰਬਾਨ, ਪਾਣੀ ਵੀ ਤੁਹਾਡੇ ਵੱਲ ਹੀ, ਰਾਣੀ ਵੀ ਤੁਹਾਡੇ ਵੱਲ ਹੀ, ਕਹਾਣੀ ਵੀ ਤੁਹਾਡੇ ਵੱਲ ਹੀ ਪੈਣੀ ਹੈ। ਉਹ ਇਸ਼ਕੇ ਦੀ ਪੀਂਗ ਦੇ ਹੁਲਾਰੇ ਹੱਥੋਂ ਬਚ ਕੇ, ਸੌਣ ਦੇ ਮਹੀਨੇ ਵਿੱਚ ਚੜ੍ਹਦੀ ਜਵਾਨੀ ਕੋਲੋਂ ਰਹੋ ਬਚ ਕੇ, ਸੌਣ ਦੇ ਮਹੀਨੇ ਵਿੱਚ ਚੜ੍ਹ
ਦੋਸਤੋ ਪਰਮਾਤਮਾ ਨੇ ਨਾ ਹਰੇਕ ਬੰਦੇ ਦੀ ਕੋਈ ਨਾ ਕੋਈ ਡਿਊਟੀ ਲਗਾ ਕੇ ਇੱਥੇ ਭੇਜਿਆ ਹੋਇਆ। ਮੇਰੀ ਡਿਊਟੀ ਤੁਹਾਨੂੰ ਪਤਾ ਹੀ ਹੈ ਕੀ ਲੱਗੀ ਹੋਈ, ਤੁਹਾਡੀਆਂ ਵੀ ਵੱਖ ਵੱਖ ਡਿਊਟੀਆਂ ਲੱਗੀਆਂ ਹੋਈ। ਪਰ ਜਦੋਂ ਕਦੀ ਨਾ ਕੰਮ ਮੁੱਕ ਜਾਂਦੇ ਹੋਣੇ ਰੱਬ ਕੋਲ ਵੀ, ਜਦੋਂ ਕੋਈ ਵੀ ਨਹੀਂ ਕੰਮ ਲੱਭਦਾ ਨਾ ਕਿਸੇ ਨੂੰ, ਉਹਨੂੰ ਪਤਾ ਉਹ ਕਿਹੜੇ ਕੰਮ 'ਤੇ ਲਾ ਦਿੰਦਾ। ਕਹਿੰਦਾ ਜਿਹੜੇ ਦੂਜੇ ਕੰਮ ਕਰਦੇ ਨਾ ਤਾਂ ਉਹਨਾਂ ਵਿੱਚ ਡਿੱਕਾ ਡਾਈ ਜਾ, ਬੈਠਾ ਚੁਗਲੀਆਂ ਕਰੀ ਜਾ। ਪਿੱਠ ਪਿੱਛੇ ਜਿਹੜੇ ਲੋਕ ਵਾਰ ਕਰਦੇ ਉਹੀ ਲੋਕ ਤੁਹਾਨੂੰ ਹੁਸ਼ਿਆਰ ਕਰਦੇ। ਮੈਂ ਬੜਾ ਸ਼ੁਕਰਗੁਜ਼ਾਰ ਹਾਂ ਇਹੋ ਜਿਹਾ ਲੋਕਾਂ ਦਾ, ਜਿਹੜੇ ਜਿੱਥੇ ਆਪਣਾ ਟਾਈਮ ਬਰਬਾਦ ਕਰੀ ਜਾਂਦੇ ਆ ਦੂਜਿਆਂ ਦੀਆਂ ਗੱਲਾਂ ਕਰ ਕਰਕੇ, ਉੱਥੇ ਜਿਹੜੇ ਤੁਹਾਡੇ ਵਰਗੇ ਕਾਮਯਾਬ ਲੋਕ ਆ ਉਹਨਾਂ ਦੇ ਕੰਮ ਵੀ ਉਹ ਬਹੁਤ ਆਉਂਦੇ ਆ। ਤੁਹਾਡੇ ਵੱਲੋਂ ਮੇਰੇ ਵੱਲੋਂ ਦੋ ਚਾਰ ਮਿਹਰਬਾਨੀ ਦੇ ਲਫ਼ਜ਼ ਆ ਉਹਨਾਂ ਲਈ ਕਿ ਜਿਹੜੇ ਮੈਨੂੰ ਆਖਦੇ ਕਿ ਪੱਲੇ ਤੇਰੇ ਕੱਖ ਵੀ ਨਹੀਂ, ਜਿਹੜੇ ਮੈਨੂੰ ਆਖਦੇ ਕਿ ਪੱਲੇ ਤੇਰੇ ਕੱਖ ਵੀ ਨਹੀਂ, ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ, ਜਿਹੜੇ ਮੈਨੂੰ ਔਖੇ ਵੇਲੇ ਇਕੱਲੇ ਨੂੰ ਹੀ ਛੱਡ ਤੁਰੇ, ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ, ਜਿੰਨਾ ਮੌਕਾ ਵੇਖ ਕੇ ਖਬੋਇਆ ਛੁਰਾ ਧੋਖੇ ਨਾਲ, ਬੜੀ ਮਿਹਰਬਾਨੀ ਧੋਖਾ ਦੇਣਿਆ ਮਕਾਰਾਂ ਦੀ, ਜਿਨ੍ਹਾਂ ਨੇ ਦਵਾਈ ਲਈ ਵੀ ਮੰਗਿਆ ਨਾ ਪੈਸਾ ਦਿੱਤਾ, ਬੜੀ ਮਿਹਰਬਾਨੀ ਉਹਨਾਂ ਸੇਠਾਂ ਸ਼ਾਹੂਕਾਰਾਂ ਦੀ, ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ, ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮ ਖਾਰਾਂ ਦੀ, ਜਿਨ੍ਹਾਂ ਨੇ ਬੇਰਹਿਮ ਹੋ ਕੇ ਖਬਰ ਸੁਣਾਈ ਮਾੜੀ, ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ, ਜਿਹੜੇ ਮੇਰੇ ਰਾਹੀਂ ਮੈਨੂੰ ਸਾੜਨ ਲਈ ਵਿੱਚ ਜਾਂਦੇ, ਬੜੀ ਮਿਹਰਬਾਨੀ ਉਹਨਾਂ ਮਗੇ ਅੰਗਿਆਰਾਂ ਦੀ, ਜਿਨ੍ਹਾਂ ਨੇ ਕਦੀ ਮੈਨੂੰ ਵੱਢਿਆ ਜਾਂ ਵੱਢਣਾ ਏ, ਬੜੀ ਮਿਹਰਬਾਨੀ ਉਹਨਾਂ ਤੀਰਾਂ ਤਲਵਾਰਾਂ ਦੀ, ਦਿਨੇ ਦੀਵੀ ਡਾਕੂਆਂ ਦੇ ਵਾਂਗ ਲੈ ਗਏ ਲੁੱਟ ਕੇ ਜੋ, ਬੜੀ ਮਿਹਰਬਾਨੀ ਇਹਨਾਂ ਕੀਤੇ ਹੋਏ ਸ਼ਿੰਗਾਰਾਂ ਦੀ, ਸਮਾਂ ਕੱਢ ਕਰਨ ਆਲੋਚਨਾ ਜੋ ਵਾਰ ਵਾਰ, ਬੜੀ ਮਿਹਰਬਾਨੀ ਉਹਨਾਂ ਵੱਡਿਆਂ ਉਡਾਰਾਂ ਦੀ, ਜਿਨ੍ਹਾਂ ਨੇ ਅੱਜ ਤੱਕ ਗੀਤਾਂ 'ਚ ਨੁਕਸ ਕੱਢੇ, ਬੜੀ ਮਿਹਰਬਾਨੀ ਉਹਨਾਂ ਸਾਰੇ ਗੀਤਕਾਰਾਂ ਦੀ, ਵੇ ਚਿੱਟੇ ਪਾ ਨਕਲੀ ਜੋ ਬੱਚਿਆਂ ਨੂੰ ਪਾਲਦੇ ਨੇ, ਬੜੀ ਮਿਹਰਬਾਨੀ ਏ ਉਹਨਾਂ ਦੁਕਾਨਦਾਰਾਂ ਦੀ, ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ, ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ, ਇਹੋ ਲੋਕ ਮੰਗਲਾ ਪਚਾਮਦੇ ਨੇ ਮੰਜ਼ਲਾਂ ਤੇ, ਇਹੋ ਲੋਕ ਦੱਸਦੇ ਨੇ ਜਾ ਚ ਜਿੱਤਾਂ ਹਾਰਾਂ, ਇਹ ਗੱਲ ਗੱਲ ਉੱਤੇ ਜਿਹੜੇ ਰਹੇ ਟੋਕਨੇ, ਡਰਨਾ ਦਿਲਾ ਉਹ ਡਰਨਾ ਦਿਲਾਏ ਆਪਣੇ ਹੀ ਲੋਕ ਨੇ, ਉਹ ਡਰਨਾ ਦਿਲਾਏ ਆਪਣੇ ਹੀ ਲੋਕ ਨੇ, ਡਰਨਾ ਦਿਲਾ ਡਰਨਾ ਦਿਲਾਏ ਆਪਣੇ ਹੀ ਲੋਕ ਨੇ, ਡਰਨਾ
ਦੋਸਤੋ, ਮੈਂ ਕਈ ਵਾਰੀ ਸੋਚਦਾ ਹੁੰਦਾ ਮੈਂ ਜ਼ਿੰਦਗੀ 'ਚ ਸਭ ਤੋਂ ਜ਼ਿਆਦਾ ਖੁਸ਼ ਕਦੋਂ ਹੁੰਦਾ। ਵੈਸੇ ਮੇਰੀ ਨੇਚਰ ਹੈ, ਮੈਂ ਖੁਸ਼ ਹੀ ਰਹਿੰਦਾ। ਦੇਖਿਆ ਨਹੀਂ ਹੋਣਾ ਤੁਸੀਂ ਕਦੀ ਉਦਾਸ ਮੈਨੂੰ। ਜਿਹੜੇ ਮੈਂ ਉਦਾਸ ਗਾਣੇ ਗਾਏ ਹੋਏ ਆ, ਪਰਮਾਤਮਾ ਦੀ ਕਿਰਪਾ ਮੇਰੀ ਆਵਾਜ਼ ਵਿੱਚ ਉਦਾਸੀ ਹੋ ਜਾਂਦੀ ਹੈ, ਪਰ ਬਹੁਤ ਕਿਰਪਾ, ਮੇਰਾ ਦਿਲ ਨਹੀਂ ਉਦਾਸ ਹੋਇਆ ਕਦੇ। ਮੈਂ ਰਜ਼ਾ 'ਚ ਰਹਿਣ ਵਾਲਾ ਉਹਦੇ 'ਚ। ਪਰ ਫਿਰ ਵੀ ਜੇ ਸਭ ਤੋਂ ਖੁਸ਼ੀ ਵਾਲਾ ਮੈਂ ਪਲ ਯਾਦ ਕਰਾਂ ਅਤੇ ਉਹ ਹੁੰਦਾ ਜਦੋਂ ਛੋਟਾ ਜਿਹਾ ਬੱਚਾ ਨਾ ਕੋਈ, ਜਿਹਨੂੰ ਅਜੇ ਬੋਲਣਾ ਵੀ ਨਾ ਆਉਂਦਾ ਹੋਵੇ, ਜਦੋਂ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਹੱਸਦਾ ਅਤੇ ਆਪਣੇ ਛੋਟੇ ਜਿਹੇ ਹੱਥ ਨਾਲ ਮੇਰੀ ਉਂਗਲੀ ਹੌਲੀ ਹੌਲੀ ਘੁੱਟਦਾ, ਪੋਲੀ ਪੋਲੀ ਉਂਗਲੀ ਘੁੱਟਦਾ, ਸਭ ਤੋਂ ਖੁਸ਼ੀ ਵਾਲਾ ਪਲ ਹੁੰਦਾ ਮੇਰਾ। ਅਤੇ ਜੇ ਪੁੱਛਿਆ ਜਾਵੇ ਸਭ ਤੋਂ ਦੁੱਖ ਵਾਲਾ, ਤਾਂ ਮੈਂ ਕਹਿ ਸਕਦਾ ਜਦੋਂ ਖੇਡਣ ਪੜ੍ਹਨ ਵਾਲੀ ਉਮਰ ਦੇ ਬੱਚਿਆਂ ਨੂੰ ਮੈਂ ਕੰਮ ਕਰਦੇ ਵੇਖਦਾ। ਕਈ ਵਾਰੀ ਰਾਤ ਦਾ ਸ਼ੋਅ ਲਾ ਕੇ ਜਲੰਧਰ ਨੂੰ ਮੁੜਦੇ ਹੋਈ ਦਾ, ਰਾਤ ਦੇ 3:30 ਵਜੇ ਹੁੰਦੇ, ਢਾਬੇ 'ਤੇ ਰੋਟੀ ਖਾਣ ਲੱਗੀਦਾ ਅਤੇ 6-7 ਸਾਲ ਦਾ ਬੱਚਾ ਪਲੇਟਾਂ ਧੋਂਦਾ ਹੁੰਦਾ। ਸਾਡੇ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਸੀ, ਰੋਟੀ ਪਕਾਉਣ ਲਾਏ ਹੁੰਦੇ ਜਾਂ ਭੀਖ ਮੰਗਦੇ। ਜਦੋਂ ਮੈਂ ਬੱਚਿਆਂ ਨੂੰ ਵੇਖਦਾ ਤਾਂ ਮੇਰੇ ਦਿਲ ਨੂੰ ਬਹੁਤ ਦੁੱਖ ਹੁੰਦਾ। ਸਭ ਨੂੰ ਹੱਸ ਬੁਲਾਉਣ ਕਿਸੇ ਨੂੰ ਬੁਰਾ ਨਾ ਕਹਿੰਦੇ ਨੇ, ਇਹ ਫੁੱਲਾਂ ਵਰਗੇ ਬੱਚੇ ਖੁਸ਼ਬੂ ਵੰਡਦੇ ਰਹਿੰਦੇ ਨੇ, ਨਿੱਕੇ ਨਿੱਕੇ ਹੱਥਾਂ ਨਾਲ ਵਜਾਉਂਦੇ ਤਾੜੀਆਂ ਜਦ, ਇਹਨਾਂ 'ਚੋਂ ਹੀ ਰੱਬ ਦੇ ਮੈਨੂੰ ਭੁਲੇਖੇ ਪੈਂਦੇ ਨੇ। ਸਮਝਣ ਵੱਡੀ ਸੁਗਾਹ ਅਤੇ ਨਿੱਕੀਆਂ ਨਿੱਕੀਆਂ ਬਾਤਾਂ ਨੂੰ, ਰਾਤ ਪੈਣ 'ਤੇ ਜਦ ਦਾਦੀ ਨਾਨੀ ਕੋਲ ਬਹਿੰਦੇ ਨੇ, ਰੰਗ ਬਿਰੰਗੇ ਕੱਪੜੇ ਪਾ ਤਿੱਤਲੀ ਜਿਹੇ ਲੱਗਦੇ ਨੇ, ਪਰ ਸੇਕ ਗਰੀਬੀ ਦੇ ਭਾਂਬੜ ਬਣ ਖੰਭ ਖੋ ਲੈਂਦੇ। ਕਈ ਵਾਰੀ ਗਰੀਬੀ ਇਹੋ ਜਿਹਾ ਕੌਤਕ ਕਰਦੀ ਹੈ, ਮਾਂ ਬਾਪ ਨੂੰ ਵੀ ਨਹੀਂ ਅਸੀਂ ਦੋਸ਼ ਦੇ ਸਕਦੇ, ਕਿਹਨਾਂ ਬੱਚਿਆਂ ਨੂੰ ਇੰਨੇ ਜ਼ੁਲਮ ਦਾ ਸ਼ਿਕਾਰ ਹੋਣਾ ਪੈਂਦਾ। ਇਹ ਲਾਹਣਤ ਹੈ ਸਾਡੇ ਸਮਾਜ 'ਤੇ। ਅਸੀਂ ਬੜੇ ਬੜੇ ਦਾਨ ਕਰੀ ਜਾਂਦੇ ਹਾਂ, ਪਰ ਉਹਨਾਂ ਬੱਚਿਆਂ ਦਾ ਇਹ ਕੋਈ ਕਸੂਰ ਨਹੀਂ ਹੈਗਾ ਜਿਹੜਾ ਗਰੀਬ ਮਾਂ ਬਾਪ ਦੇ ਘਰ ਜੰਮਣਾ। ਬੱਚੇ ਦੀ ਆਪਣੀ ਚੋਇਸ ਨਹੀਂ ਹੁੰਦੀ ਕਿੱਥੇ ਜੰਮਣਾ। ਪਰਮਾਤਮਾ ਵੱਲੋਂ ਜੇ ਉਹਨੂੰ ਗਰੀਬ ਮਾਂ ਬਾਪ ਮਿਲ ਗਏ ਤਾਂ ਸਮਾਜ ਦਾ, ਸੁਸਾਇਟੀ ਦਾ ਫਰਜ਼ ਬਣਦਾ ਉਸ ਬੱਚੇ ਨੂੰ ਉਹਦਾ ਅਸਲੀ ਬਚਪਨ ਦੇਣਾ। ਨਿੱਕੇ ਹੱਥਾਂ ਵਿੱਚੋਂ ਕਾਗਜ਼ ਕਲਮ ਅਤੇ ਖਿਡੌਣੇ ਖੋ ਕੇ ਦਾਤੀ ਯਾਰੀ ਜਾਂ ਫਿਰ ਹਥਿਆਰ ਫੜਾਈਏ ਨਾ, ਇਹੋ ਹੀ ਤੇ ਰੁੱਤ ਹੋਵੇ ਪੜ੍ਹਨੇ ਅਤੇ ਖੇਡਣੇ ਦੀ, ਇਸ ਰੁੱਤੇ ਬੱਚਿਆਂ ਤੋਂ ਕੰਮ ਕਰਵਾਈਏ। ਪੈਸੇ ਪਿੱਛੇ ਬਚਪਨ ਕਰੋ ਨਾ ਕਤਲ ਐਵੇਂ, ਫੁੱਲਾਂ ਜਿਹੇ ਦਿਨ ਹੇਠ ਇੱਟਾਂ ਦੇ ਦਵਾਈਏ। ਸਾਂਭ ਲਾ ਉਮਰ ਨਿਆਣੀ, ਸਾਂਭ ਲਾ ਉਮਰ ਨਿਆਣੀ, ਕਿਧਰੇ ਰੁਲ ਨਾ ਜਾਵੇ। ਓਏ ਕੰਮ ਤਾਂ ਹੋ ਜਾਊ ਫੇਰ, ਇਹ ਬਚਪਨ ਫੇਰ ਨਾ ਆਵੇ। ਕੰਮ ਤਾਂ ਹੋ ਜਾਊ ਫੇਰ, ਇਹ ਬਚਪਨ ਫੇਰ ਨਾ ਆਵੇ।
ਤੱਕ ਆਪਣੇ ਦਿਲ ਦੀ ਆਵਾਜ਼ ਮੈਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਸਾਰਿਆਂ ਤੱਕ ਪਹੁੰਚਾਉਣੀ ਚਾਹੁੰਦਾ। ਅਸੀਂ ਪ੍ਰਾਇਮਰੀ ਸਕੂਲਾਂ 'ਚ ਪੜ੍ਹੇ ਹਾਂ, ਹੁਣ ਤਾਂ ਪਿੰਡਾਂ ਦੇ ਸਕੂਲਾਂ ਦੇ ਵਿੱਚ, ਹੁਣ ਪੰਜਾਬ ਦਾ ਨਕਸ਼ਾ ਕੁਛ ਹੋਰ ਹੀ ਬਣ ਗਿਆ। ਉੱਥੇ ਦੌੜ ਲੱਗੀ ਹੋਈ ਹੈ ਵੀ 3 ਸਾਲ ਦੇ ਬੱਚੇ ਨੂੰ ਅੰਗਰੇਜ਼ੀ ਕਿਹਨੂੰ ਸਭ ਤੋਂ ਜ਼ਿਆਦਾ ਆਉਂਦੀ ਹੈ। ਫਲਾਂ ਦੇ ਨਾਂ, ਸਬਜ਼ੀਆਂ ਦੇ ਨਾਂ, ਰੰਗਾਂ ਦੇ ਨਾਂ, ਦਿਨਾਂ ਦੇ ਨਾਂ, ਮਹੀਨਿਆਂ ਦੇ ਨਾਂ। 3 ਸਾਲ ਦਾ ਬੱਚਾ ਪਹਿਲਾਂ ਸਕੂਲ ਪੜ੍ਹ ਕੇ ਆਉਂਦਾ, ਬਾਅਦ 'ਚ ਉਹਨੂੰ ਟਿਊਸ਼ਨ 'ਤੇ ਭੇਜਦੇ। ਬੱਚੇ ਨੂੰ ਕੋਈ ਪਤਾ ਨਹੀਂ, ਉਹਨੂੰ ਖੇਡਣ ਦੀ ਖੁੱਲ ਨਹੀਂ ਹੈ, ਉਹਨੂੰ ਕੋਈ ਖੁਸ਼ੀ ਮਨਾਉਣ ਦੀ ਖੁੱਲ ਨਹੀਂ ਹੈ। ਸਕੂਲ ਟਿਊਸ਼ਨ ਸੌਣਾ, ਸਕੂਲ ਟਿਊਸ਼ਨ ਸੌਣਾ, ਬਸ। ਖਾਣੇ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਸਾਡੇ ਸਕੂਲਾਂ ਦੇ ਵਿੱਚ। 2 ਘੰਟੇ ਬਾਅਦ ਪਹਿਲਾਂ ਸਨੈਕ ਟਾਈਮ ਹੁੰਦਾ, ਉਹ ਤੋਂ ਬਾਅਦ ਰੀਸੈਸ ਹੁੰਦੀ ਹੈ, ਲੰਚ ਟਾਈਮ ਹੁੰਦਾ, ਕੁਛ ਨਹੀਂ ਖਾਣ ਨੂੰ ਵੀ ਸਕੂਲਾਂ 'ਚ ਕੁਛ ਨਹੀਂ ਮਿਲਦਾ। ਮੈਂ ਇੱਕ ਸਪੈਸ਼ਲੀ ਗੱਲ ਪੰਜਾਬ ਦੇ ਇਕੱਲੇ ਇਕੱਲੇ ਮਾਂ ਬਾਪ ਦੇ ਕੰਨੀ ਪਾਉਣਾ ਚਾਹੁੰਦਾ। ਬੱਚੇ ਨਾਲੋਂ ਬਸਤਾ ਪਾਰਾ ਹੋ ਚੱਲਿਆ ਬੇਜਾਨੇ ਭਾਰਤ ਸਾਰਾ ਅਤੇ ਮੈਂ ਪੇਸ਼ ਕਰ ਰਿਹਾ ਗੱਲ ਬਣੂ 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 ਚਾਨ ਤਲੀ ਉੱਤੇ ਰੱਖਣਾ ਏ ਆਸ਼ਕ ਦਾ ਸ਼ੌਂਕ, ਚਾਨ ਤਲੀ ਉੱਤੇ ਰੱਖਣਾ ਆਸ਼ਕ ਦਾ ਸ਼ੌਂਕ, ਨਾਹੀ ਸ਼ੇਰਾਂ ਕੋਲੋਂ ਡਰੇ ਨਾਹੀ ਬਾਜਾਂ ਕੋਲੋਂ ਡਰੇ, ਹਰ ਆਸ਼ਕ ਦਾ ਦਿਲ ਹੋਵੇ ਪੰਛੀ ਵਰਗਾ, ਨਾਹੀ ਹੱਦਾਂ ਕੋਲੋਂ ਡਰੇ ਨਾ ਰਿਵਾਜਾਂ ਕੋਲੋਂ ਡਰੇ, ਤੂੰ ਟੱਪਣ ਵਾਲਾ ਬਣ ਸੱਜਣਾ ਕੰਧ ਉੱਚੀ ਨਹੀਂ ਰਿਵਾਜਾਂ ਦੀ, ਤੂੰ ਟੱਪਣ ਵਾਲਾ ਬਣ ਸੱਜਣਾ ਕੰਧ ਉੱਚੀ ਨਹੀਂ ਰਿਵਾਜਾਂ ਦੀ, ਸੱਜਣਾ ਦੀ ਕੁੱਲੀ ਵਿੱਚ ਆ ਜਾ ਛੱਡ ਆਸ ਤਖਤ ਤੇ ਤਾਜਾਂ ਦੀ, ਕੰਮ ਆਸ਼ਕ ਦਾ ਖੁਦ ਨੂੰ ਫੂਕ ਦੇਣਾ ਆ ਕੰਮ ਆਸ਼ਕ ਦਾ ਖੁਦ ਨੂੰ ਫੂਕ ਦੇਣਾ ਤੇਰਾ ਖੋ ਕੇ ਯਾਰ ਤੇ ਰਾਮ ਲੜੇ, ਜਿਹੜੇ ਡਰਦੇ ਨੇ ਕੰਡੇ ਦੀ ਚੋਬ ਕੋਲੋਂ ਉਹਨਾਂ ਕਿੱਥੋਂ ਨੇ ਅੱਖ ਦੇ ਵਾਰ ਚੱਲਣੇ, ਉਹ ਚਾਹੀਦੀ ਦਲੇਰੀ ਸਦਾ ਰਹੀਏ ਇੱਕ ਤੜਕੇ ਆਈਏ ਭੌਰ ਬਣ ਕੇ ਹੌਲੀ
ਕਿੱਥੇ ਕਿੱਥੇ ਮੈਂ ਜਾ ਕੇ ਨਹੀਂ ਵੇਖੇ ਖਿੜੇ ਫੁੱਲ ਪਰਿਵਾਰ ਪੰਜਾਬੀਆਂ ਦੇ, ਮਹਿਕਾਂ ਵੰਡਦੇ ਤੇ ਠਾਠ ਨਾਲ ਵਸਣ ਸਿਹਰੇ ਸਿਰਾਂ ਤੇ ਨੇ ਕਾਮਯਾਬੀਆਂ ਦੇ। ਦੇਖ ਬਣਦੀਆਂ ਅਗਲੀਆਂ ਪੀੜ੍ਹੀਆਂ ਨੂੰ ਮਾਣ ਮੱਤੇ ਪੰਜਾਬੀ ਮੈਂ ਹੱਸਦਾ ਹਾਂ, ਮਿੱਠੇ ਬੋਲ ਸੁਭਾਅ ਤੇ ਨਜ਼ਰ ਮਿੱਠੀ, ਹਾਸੇ ਡੁੱਲ ਦੇ ਸ਼ੀਰ ਮੈਂ ਤੱਕਦਾ। ਲੱਖ ਵੰਡਣਗੇ ਵੈਰੀ ਦਰਿਆ ਸਾਡੇ, ਕਿਹੜਾ ਇਸ ਪੰਜਾਬ ਨੂੰ ਫੱਟ ਲਾਓ, ਵਗਦੇ ਪਾਣੀ ਜੋ ਇਹਨਾਂ ਦੇ ਖੂਨ ਅੰਦਰ, ਕਿਹੜਾ ਉਹਨਾਂ ਦੇ ਵਹਿਣ ਨੂੰ ਠੱਲ ਪਾਓ। ਇਸ ਸਮੇਂ ਦੇ ਖੂਹ ਦਾ ਗੇੜ ਲੰਬਾ ਤੇ ਜਿੰਦੋ ਦਿਨ ਦਾ ਖੇਲ ਹੋਇਆ, ਕੀ ਕਰ ਜਾਣਾ ਕੀ ਬਣ ਜਾਣਾ, ਗੱਲਬਾਤ ਹੋਈ ਮੇਲ ਗੇੜ ਹੋਇਆ। ਫਾਨੀ ਜੱਗ ਤੋਂ ਹੋਰ ਕੀ ਹੋਏ ਹਾਸਲ, ਖੈਰ ਪਿਆਰ ਦੀ ਮੰਗੀਏ ਗਰਜ਼ ਹੋਈ, ਹੱਥ ਵੰਝਲੀ ਪੜ ਫਕੀਰ ਹੋਏ, ਅਲਖ ਗੀਤ ਪੰਜਾਬੀ ਦੀ ਤਰਜ਼ ਹੋਈ। ਜਿੱਥੇ ਜਿੱਥੇ ਵੀ ਜਾ ਆਵਾਜ਼ ਦਿੱਤੀ, ਬੇਸ਼ੁਮਾਰ ਨੇ ਆਣ ਪਿਆਰ ਦਿੱਤਾ, ਤੂੰ ਵੀ ਢੋਲ ਸਰੰਗੀਆਂ ਗੂੰਜ ਉੱਠੇ, ਗਿੱਧੇ ਭੰਗੜੇ ਅਜਬ ਖੁਮਾਰ ਦਿੱਤਾ। ਅਸੀਂ ਗੀਤ ਪੰਜਾਬੀ ਦੇ ਗਾਵਦੇ ਹਾਂ, ਅਸੀਂ ਗੀਤ ਪੰਜਾਬੀ ਦੇ ਗਾਵਦੇ ਹਾਂ, ਕੁਝ ਨੱਚਣੇ ਨੂੰ ਤੇ ਕੁਝ ਹੱਸਣੇ ਨੂੰ, ਕਈ ਦਿਲਾਂ ਦੇ ਦੁੱਖੜੇ ਫੋਲਣੇ ਨੂੰ, ਕਈ ਗੱਲਾਂ ਵੀ ਗਹਿਰੀਆਂ ਦੱਸਣੇ ਨੂੰ। ਇਹਨਾਂ ਗੀਤਾਂ ਨੂੰ ਮਨੀ ਵਸਾ ਲੈਣਾ, ਗੱਲ ਰੋਜ਼ ਪੰਜਾਬੀ ਦੀ ਰਿੜੀ ਜਾਵੇ, ਬਾਕੀ ਗੇੜ ਤਾਂ ਸਮੇਂ ਦਾ ਬਹੁਤ ਲੰਬਾ, ਪੀੜ੍ਹੀ ਬਦਲ ਜਾਵੇ ਖੂਹ ਗਿੜੀ ਜਾਵੇ। ਦਾਤੇ ਪਿਆਰ ਦੇ ਤੇ ਬਖਸ਼ਣਹਾਰ ਬਣਨਾ, ਭੁੱਲਾਂ ਕੀਤੀਆਂ ਤੇ ਗੱਲਾਂ ਵਾਧੀਆਂ ਦੇ, ਜਿਨ੍ਹਾਂ ਦੇਖਿਆ ਸੁਣਿਆ ਮਾਣ ਕੀਤਾ, ਧੰਨਵਾਦੀ ਹਾਂ ਉਹਨਾਂ ਪੰਜਾਬੀਆਂ ਦੇ, ਧੰਨਵਾਦੀ ਹਾਂ ਉਹਨਾਂ ਪੰਜਾਬੀਆਂ ਦੇ।